ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਸਿੱਖ ਗੁਰਦੁਆਰਾ ਸਹਿਜਲੀ ਸਟਰੀਟ ਦੇ ਸਮੁੱਚੇ ਪ੍ਰਬੰਧ ਵੱਲੋਂ ਸਾਰੀਆਂ ਸੰਗਤਾਂ ਜਿਹੜੀਆਂ ਵੁਲਵਰਹੈਂਪਟਨ ਦੀਆਂ ਸੰਗਤਾਂ ਉਹਨਾਂ ਦੇ ਚਰਨਾਂ 'ਚ ਨਿਮਰਤਾ ਸਹਿਤ ਬੇਨਤੀ ਹੈ ਕਿ ਜੋ ਕੋਰੋਨਾ ਵਾਇਰਸ ਦੀ ਮਹਾਂਮਾਰੀ ਚੱਲ ਰਹੀ ਹੈ, ਇਹ ਬਹੁਤ ਹੀ ਤੇਜ਼ੀ ਦੇ ਨਾਲ ਇਹ ਵਾਇਰਸ ਜਿਹੜਾ ਫੈਲ ਰਿਹਾ ਹੈ, ਅੱਜ ਦੇ ਦਿਨ ਹੀ ਬਹੁਤ ਵੱਡੀ ਗਿਣਤੀ ਦੇ ਵਿੱਚ ਮੌਤਾਂ ਜਿਹੜੀਆਂ ਹੋ ਚੁੱਕੀਆਂ ਨੇ। ਬਹੁਤ ਡਾਕਟਰਾਂ ਦੇ ਵੀ ਸਾਨੂੰ ਮੈਸੇਜ ਆਏ ਨੇ ਔਰ ਕੌਂਸਲ ਦੇ ਵੀ ਜਿਹੜੇ ਨੋਟਸ ਸਾਨੂੰ ਆਏ ਨੇ, ਔਰ ਬੜੀ ਮਜਬੂਰੀ ਵੱਸ ਅਸੀਂ ਇਹ ਫੈਸਲਾ ਗੁਰਦੁਆਰਾ ਪ੍ਰਬੰਧ ਲੈ ਰਿਹਾ ਹੈ ਕਿ ਅੱਜ ਤੋਂ ਹੁਣ ਤੋਂ ਹੀ ਜਿਹੜਾ 21 ਮਾਰਚ ਸ਼ਾਮ ਤੋਂ ਹੀ ਗੁਰਦੁਆਰਾ ਸਾਹਿਬ ਜਿਹੜੇ ਨੇ ਸੰਗਤਾਂ ਵਾਸਤੇ ਬੰਦ ਕੀਤੇ ਜਾ ਰਹੇ ਨੇ। ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼, ਸੁੱਖ ਆਸਣ ਅਤੇ ਸੇਵਾਵਾਂ ਨਿਰੰਤਰ ਉਸੇ ਤਰ੍ਹਾਂ ਚੱਲਦੀਆਂ ਰਹਿਣਗੀਆਂ। ਸੰਗਤ ਦੀ ਆਮਦ ਦੇ ਉੱਤੇ ਜਿਹੜਾ ਹੈ ਉਹ ਰੋਕ ਲਾਈ ਜਾ ਰਹੀ ਹੈ। ਇਸ ਕੋਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਦੇਖਦੇ ਹੋਏ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ, ਅਸੀਂ ਬੜੇ ਦੁਖੀ ਹਿਰਦੇ ਦੇ ਨਾਲ ਬੜੇ ਮਜਬੂਰੀ ਵੱਸ ਇਹ ਜਿਹੜਾ ਫੈਸਲਾ ਜਿਹੜਾ ਕੀਤਾ ਹੈ ਤਾਂ ਕਿ ਸੰਗਤਾਂ ਜਿਹੜੀਆਂ ਉਹ ਤੰਦਰੁਸਤ ਰਹਿ ਸਕਣ। ਸੰਗਤਾਂ ਦੀ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਸਵੇਰੇ ਸ਼ਾਮ ਪਾਠ ਅਤੇ ਅਰਦਾਸ ਨਿਤਨੇਮ ਉਸੇ ਤਰ੍ਹਾਂ ਹੀ ਜਿਹੜੇ ਉਹ ਹੋਣਗੇ ਅਤੇ ਸਾਰੀਆਂ ਸੰਗਤਾਂ ਜਿਹੜੀਆਂ ਵੁਲਵਰਹੈਂਪਟਨ ਦੀਆਂ ਸੰਗਤਾਂ, ਗੁਰੂ ਨਾਨਕ ਸਿੱਖ ਗੁਰਦੁਆਰਾ ਸਹਿਜਲੀ ਸਟਰੀਟ ਗੁਰਦੁਆਰਾ ਸਾਹਿਬ ਵਿਖੇ ਆਉਣ ਜਾਣ ਵਾਲੀਆਂ ਜਿਹੜੀਆਂ ਸੰਗਤਾਂ ਉਹਨਾਂ ਦੇ ਚਰਨਾਂ 'ਚ ਨਿਮਰਤਾ ਸਹਿਤ ਬੇਨਤੀ ਹੈ ਵੀ ਗੁਰਦੁਆਰਾ ਸਾਹਿਬ ਨਾ ਆਇਆ ਜਾਵੇ, ਕਿਉਂਕਿ ਇਹ ਮਹਾਂਮਾਰੀ ਤੋਂ ਸੰਗਤਾਂ ਨੂੰ ਬਚਾਉਣ ਦਾ, ਸੰਗਤਾਂ ਦਾ ਖਿਆਲ ਰੱਖਣ ਦਾ ਸਾਡਾ ਜਿਹੜਾ ਉਹ ਫਰਜ਼ ਬਣਦਾ। ਅਤੇ ਜਿਹੜੇ ਬਜ਼ੁਰਗ ਨੇ ਜਾਂ ਜਿਹੜੇ ਸਟੂਡੈਂਟ ਬੱਚੇ ਆਏ ਹੋਏ ਨੇ ਉਹ ਸਾਨੂੰ ਹੇਠ ਲਿਖੇ ਨੰਬਰਾਂ 'ਤੇ ਉਹਨਾਂ ਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਪੈਂਦੀ ਆ ਅਤੇ ਹੇਠ ਲਿਖੇ ਨੰਬਰਾਂ 'ਤੇ ਸਾਡੇ ਨਾਲ ਜਿਹੜਾ ਉਹ ਸੰਪਰਕ ਕਰਨ। ਇਹ ਬੇਨਤੀ ਜਿਹੜੀ ਸਾਡੀ ਪ੍ਰਵਾਨ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।